ਮਾਸ਼ਾਅੱਲਾ ਜੀ, ਜਿਹੜੀ ਇਸ ਸੈਸ਼ਨ ਦੀ ਸਭ ਤੋਂ ਖੂਬਸੂਰਤ ਗੱਲ ਹੈਗੀ ਹੈ ਨਾ, ਉਹ ਇਹ ਹੈ ਵੀ ਮਲਿਕ ਸਾਹਿਬ ਇਹ ਘੋੜੀ ਆਪਣੀ ਬੇਟੀ ਵਾਸਤੇ ਪਰਚੇਜ਼ ਕੀਤੀ ਹੈ। ਮਾਸ਼ਾਅੱਲਾ ਕੋਈ 7-8 ਸਾਲ ਦੀ ਬੇਟੀ ਹੈ ਉਹਨਾਂ ਦੀ, ਔਰ ਉਹਦਾ ਸ਼ੌਕ ਪੂਰਾ ਕਰਨ ਵਾਸਤੇ ਮਲਿਕ ਸਾਹਿਬ ਨੇ ਘੋੜੀ ਪਰਚੇਜ਼ ਕੀਤੀ। ਅਸਲਾਮ ਵਾਲੇਕੁਮ ਬੇਲੀਓ, ਕੀ ਹਾਲ ਚਾਲ ਹੈ? ਖੈਰ ਖਰੀਅਤ ਨਾਲ ਹੈਗੀ, ਉਮੀਦ ਸਾਰੇ ਵੇਖਣ ਵਾਲੇ ਠੀਕ ਠਾਕ ਔਰ ਖਰੀਅਤ ਨਾਲ ਹੋਣਗੇ। ਦੋਸਤੋ ਮੌਜੂਦ ਹੈਗੇ ਆ ਮੁਹੰਮਦ ਕਾਸਿਮ ਨਾਲ ਦੇ ਡੇਰੇ ਤੇ, ਔਰ ਮਾਸ਼ਾਅੱਲਾ ਖੂਬਸੂਰਤ ਇੱਕ ਘੋੜੀ ਹੈ, ਦੋਸਤਾਂ ਨੂੰ ਵਿਖਾਉਂਦੇ ਆ, ਡਿਟੇਲ ਸ਼ੇਅਰ ਕਰਦੇ ਆ। ਹਾਰਸ ਬੈਲੈਂਸ ਡਾਈਟ, ਘੋੜਿਆਂ ਵਾਸਤੇ ਖਾਸ ਮਸਾਲਾ ਤਿਆਰ ਹੈ ਉਹਦੇ ਵਾਸਤੇ। ਅਗਰ ਕਿਸੇ ਦੋਸਤ ਨੂੰ ਸਪਾਟ ਚਾਹੀਦੀ ਹੋਏਗੀ ਨਵੀਂ ਬ੍ਰਾਂਡ ਨਿਊ, ਉਹਦੇ ਵਾਸਤੇ ਵੀਡੀਓ ਦੇ ਸਟਾਰਟ ਦੇ ਵਿੱਚ ਮੇਰਾ ਨੰਬਰ ਚੱਲ ਰਿਹਾ, ਮੇਰਾ ਰਾਬਤਾ ਕਰ ਸਕਦੇ ਹੋ। ਘੋੜੀ ਵਾਸਤੇ ਮੁਹੰਮਦ ਕਾਸਿਮ ਦਾ ਨੰਬਰ ਕਾਰਨਰ ਦੇ ਵਿੱਚ, ਘੋੜੀ ਵੇਨੇ ਆ, ਡਿਟੇਲ ਸ਼ੇਅਰ ਕਰਦੇ ਆ, ਰਾਬਤਾ ਨੰਬਰ ਸ਼ੇਅਰ ਕਰ। ਹਾਂਜੀ ਦੋਸਤੋ, ਮੁਹੰਮਦ ਕਾਸਿਮ ਦੀ ਘੋੜੀ ਮਾਸ਼ਾਅੱਲਾ ਖੂਬਸੂਰਤ ਗੋੜੀ, ਗੋੜੀ ਚੈੱਕ ਕਰੋ। ਕਾਨ ਕਨੌਤੀ ਚੈੱਕ ਕਰੋ ਗੋੜੀ ਦੀ, ਚੀਮਾ ਸੌਂਬ ਗਮਚੀ ਮੁੱਠੇ ਨੱਚਦੀ ਹੈ। ਹਾਂ ਪੁੱਛਾ ਗੋੜੀ ਦਾ ਚੜੀ ਦੀ ਕੀ ਹੋ ਜਾਈ। ਇਹਦੇ ਤੇ ਚੜਾ ਯਾਰ ਕਿਸੇ ਨੂੰ ਚੜੀ ਚੱਕਰਾ, ਹੱਥ ਪੈਰ ਹੋ ਗਏ ਚੱਕਰ। ਚੜੀ ਚੈੱਕ ਕਰਦੇ ਆ, ਤਿੰਨ ਪੈਰ ਸਾਫ ਹੈ, ਪਿਛਲੇ ਦੋ, ਅਗਲਾ ਸੱਜਾ, ਔਰ ਸੋਹਣੀ ਗੋੜੀ ਆ। ਚੜੀ ਚੈੱਕ ਕਰਨੇ ਆ, ਫਿਰ ਡਿਟੇਲ ਸ਼ੇਅਰ ਕਰਦੇ ਆ। ਹਾਂਜੀ ਦੋਸਤੋ, ਗੋੜੀ ਦੀ ਚੜੀ ਚੈੱਕ ਕਰਨ, ਮਾਸ਼ਾਅੱਲਾ ਜੀ ਚੜੀ ਦੀ ਸਾਫ ਹੈ ਗੋੜੀ, ਔਰ ਚੈੱਕ ਕਰ ਲਓ, ਤੱਕ ਮਾਰ ਲਓ। ਅਗਲੀ ਕੱਕੀ ਪੰਜ ਕਲਿਆਣ ਦੇ ਬਾਰੇ ਪੁੱਛਦੇ ਹਾਂ ਬਈ, ਉਹ ਕਿਤੇ ਗਏ? ਮਾਸ਼ਾਅੱਲਾ
ਕਰੰਟ ਪੂਰੇ ਕਰ ਲਏ ਬਿਲਕੁਲ ਬਸ 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 ਭਾਈ ਜਾਨ ਚਾਰ ਤੋਂ ਪੰਜ ਹੋਣ ਲੱਗੀ ਬਸ 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 ਚਾਰ ਤੋਂ ਪੰਜ ਲੱਗੀ ਹੋਈ ਬਸ ਵੀਰ ਟੈਨਸ਼ਨ ਲੈ ਚੈੱਕ ਕਰ ਬਸ ਮੈਂ ਖੋਲ ਕੇ ਸਿਰ ਗਈ ਪਿਆਲਾ ਬਾਬਾ ਤੂੰ ਮੂੰਹ ਖੋਲ ਕੇ ਵੇਖਿਆ ਮੈਂ ਇੰਨੇ ਕਰੀਂਦਾ ਆ ਲੈ ਰਾਤ ਮੁਸ਼ਕੀ ਦੋ ਤਰੇ ਪੈਰ ਧੋਤੇ ਮੱਥੇ ਪੱਟਾ ਬੱਲੀ ਚੰਗੀ ਚਾੜਾ ਬਿਲਕੁਲ ਕਲੀਅਰ ਤੁਸੀਂ ਚੜੀ ਦੀ ਵੀ ਖਾ ਲਈ ਬਾਈ ਬਿਲਕੁਲ ਤਰੇ ਠੇਂ ਫੀਤਾ ਮਾਰ ਲੈਣੇ ਇੰਚ ਟਾ ਇੰਚ ਟੇਪ ਲੈ ਇੰਚ ਟੇਪ ਲੈ ਜਲਦੀ ਲੈ ਮਾਮੇ ਕੋਲ ਜੀ ਨਹੀਂ ਗੋੜਾ ਸਾਈਆਂ ਆਖਿਆ ਸੀ ਲੇਕਿਨ ਮੇਰੇ ਕੋਲ ਵੀਡੀਓ ਜਾਂ ਲੈਣੀ ਮੇਰੇ ਕੋਲ ਵੀਡੀਓ ਲੈ ਲਈ ਸੀ ਗੋੜੇ ਮੇਲੇ ਦੀ ਜੀ ਬਸ ਬਸ ਬੇਟੇ ਬਸ ਬਾਈ ਜਾਨ ਉਹ ਗੁਜਰਾਤ ਗਈ ਜੀ ਜੀ ਗੁਜਰਾਤ ਹਾਂ ਉਸ ਲੈ ਲਈ ਉਹਦੀ ਨਜ਼ਰ ਮਾਰਾ ਤੇ ਇਹ ਮੁੜ ਤੋਹਫਾ ਕੱਢਿਆ ਜੀ ਉਹ ਕਹਿੰਦੇ ਅਗਲੇ ਪਿਆ ਬਾਬਰ ਸਾਹਿਬ ਪਿਆ ਕੀ ਤੂੰ ਤੋਹਫੇ ਕੱਢਣਾ ਮੱਖਾ ਜੀ ਇਹ ਮੁਕਦਰਾਂ ਨਾਲ ਮਿਲਦੇ ਨੇ ਨਸੀਬਾਂ ਪਿਓਰ ਦੇਸੀ ਕੰਨ ਵੇਖ ਘੋੜਾ ਮਿਲਿਆ ਕੰਨ ਵੇਖ ਛੋਟਾ ਛੋਟਾ ਗੋੜੀ ਦੀ ਅੰਗਾਸ ਵੇਖ ਲਾ ਪੁੱਠਾ ਵੇਖ ਲਾ ਵੇਲ ਘੋੜਾ ਇੱਕ ਉਹਨਾਂ ਦੱਸਿਆ ਜੀ ਸਾਈਆਂ ਯਾਰ ਮੈਂ ਤਸੱਲੀ ਕਹਿ ਨੀ ਵੀਡੀਓ ਹੋਏ ਮੇਰੇ ਕੋਲ ਘੋੜੇ ਦੀ ਹਾਂ ਮੈਂ ਇੰਨੇ ਦਿਨ ਜੋੜ ਨਹੀਂ ਮਰਨ ਦੌਰ ਲਾਇਆ ਤਰੇਠ ਇੰਚ ਗਾਦੇ ਆ ਇੰਚ ਟੇਪ ਤੂੰ ਬਗੈਰ ਮੈਂ ਦੱਸੇ ਮੈਂ ਫੀਤਾ ਮਾਰ ਕੁਛ ਲਈਏ ਤੇ ਮੈਂ ਮੁੜ ਤੁਹਾਨੂੰ ਮਰਾ ਕੇ ਦੱਸੇ ਆ ਜਾਓ ਕਰੋ ਜੀ ਕਰੋ ਜੀ ਬਸ ਵੀਰ ਇੰਜ ਬਈ ਇਹ ਆ ਵੇਖ ਲੈ ਬਸ ਆ ਲਾ ਜਾ ਆਪੇ ਤਸੱਲੀ ਆਪ ਕਰ ਤਰੇਠ ਇੰਚ ਮੈਂ ਫੀਤਾ ਮਾਰ ਕੇ ਲਿਆ ਆ ਚੈੱਕ ਕਰ ਲਓ ਮਦੋ ਤੁਮ ਰਾਜ ਇਹ ਜੀ ਮਸਤਾਨਿਆਂ ਦਸਿੰਦਿਆਂ ਨੇ ਜੀ ਕੱਕਿਆਂ ਦੀ ਬਲੈ ਲੈਣੀ ਸਾਈਆਂ ਦਾ ਤੇ ਨਸੀਬ ਨਸਿੰਦਾ ਵੀ ਹੈ ਕਿ ਉਹਨਾਂ ਦੀ ਗਰਦੇ ਪੁੱਠਾ ਅੰਗਾਸ ਨਾ ਸਲੂ ਉਹ ਤਸੱਲੀ ਉੱਥੋਂ ਹੋ ਜਾਂਦੀ ਸੋਹਣੀਆਂ ਚੀਜ਼ਾਂ ਡਿਮਾਂਡਾਂ ਕੇ ਨਹੀਂ ਆਉਂਦੀਆਂ ਤੇ ਜਾਂ ਕਰਨ ਨਹੀਂ ਜਾਂ ਰਾਬਤਾ ਕਰ ਲਈ ਸਨ ਮੇਰੇ ਨਾਲ ਰਾਬਤਾ ਕਰ ਲਈ ਸਨ ਜ਼ਰੂਰ ਬੇ ਛੁੜਿਆ ਸਾਂ ਹਾਂ ਜੀ ਦੋਸਤੋ ਮਾਸ਼ਾਅੱਲਾ ਖੂਬਸੂਰਤ ਕੱਕੀ ਪੰਜ ਕਲਿਆਣ ਘੋੜੀ ਹੈ ਦੋ ਚਾਰ ਦਿਨ ਪਹਿਲੇ ਵੀਡੀਓ ਲਾਈ ਹੈ ਔਰ ਮਾਸ਼ਾਅੱਲਾ ਮਲਿਕ ਬਾਬਰ ਸਾਹਿਬ ਨੇ ਗੁਜਰਾਤ ਤੋਂ ਉਹਨਾਂ ਪਰਚੇਜ਼ ਕੀਤੀ ਹੈ ਹਾਲ ਮੁਕੀਮ ਲੰਡਨ ਨੇ ਔਰ ਅੱਲਾਹ ਤਾਲਾ ਉਹਨਾਂ ਦੇ ਨਸੀਬ ਕਰੇ ਮਾਸ਼ਾਅੱਲਾ ਸਾਰੀ ਗੱਲ ਸ਼ੌਕ ਹੀ ਹੁੰਦਾ ਸ਼ੌਕ ਨਾਲ ਹੀ ਇਹ ਚੀਜ਼ਾਂ ਪਰਚੇਜ਼ ਕੀਤੀਆਂ ਜਾਂਦੀਆਂ ਮਾਸ਼ਾਅੱਲਾ ਘੋੜੀ ਦੀ ਡਿਟੇਲ ਦੇ ਨਾਲ ਵੀਡੀਓ ਚੈਨਲ ਦੇ ਉੱਤੇ ਮੌਜੂਦ ਮਾਸ਼ਾਅੱਲਾ ਜੀ ਜਿਹੜੀ ਇਸ ਸੈਸ਼ਨ ਦੀ ਸਭ ਤੋਂ ਖੂਬਸੂਰਤ ਗੱਲ ਹੈਗੀ ਹੈ ਨਾ ਉਹ ਇਹ ਹੈ ਬਈ ਮਲਿਕ ਸਾਹਿਬ ਇਹ ਘੋੜੀ
ਆਪਣੀ ਬੇਟੀ ਵਾਸਤੇ ਪਰਚੇਜ਼ ਕੀਤੀ ਹੈ ਮਾਸ਼ਾਅੱਲਾ, ਕੋਈ 7-8 ਸਾਲ ਦੀ ਬੇਟੀ ਹੈ ਉਹਨਾਂ ਦੀ, ਔਰ ਉਹਦਾ ਸ਼ੌਕ ਪੂਰਾ ਕਰਨ ਵਾਸਤੇ ਮਲਕ ਸਾਹਿਬ ਨੇ ਘੋੜੀ ਪਰਚੇਜ਼ ਕੀਤੀ ਹੈ। ਔਰ ਅਕਸਰ ਦੋਸਤ ਸਾਡੇ ਕੋਲ ਮਸ਼ਵਰਾ ਲੈਂਦੇ ਨੇ ਵੀ ਯਾਰ ਬੱਚਿਆਂ ਵਾਸਤੇ ਜਾਨਵਰ ਲੈਣਾ ਤਾਂ ਕੀ ਲੈਣਾ ਚਾਹੀਦਾ, ਘੋੜਾ ਜਾਂ ਘੋੜੀ, ਤੇ ਜਨਾਬ ਤੁਸੀਂ ਇੱਕ ਅਸੀਲ ਸ਼ਰੀਫ ਘੋੜੀ ਲਓ, ਉਹ ਬੱਚਿਆਂ ਵਾਸਤੇ ਬਿਹਤਰੀਨ ਹੁੰਦੀ ਹੈ, ਬੰਨਣਾ ਛੱਡਣਾ ਆਸਾਨ ਔਰ ਲੁੱਕ ਆਫਟਰ ਆਸਾਨ ਹੁੰਦੀ ਹੈ ਘੋੜੇ ਦੀ ਨਿਸਬਤ। ਔਰ ਮਾਸ਼ਾਅੱਲਾ ਬੜੀ ਖੁਸ਼ੀ ਹੋਈ ਹੈ ਬਈ, ਔਰ ਬੜੇ ਫਖਰ ਨਾਲ ਦੱਸਦੇ ਪਿਆ ਬਈ ਮੈਂ ਆਪਣੀ ਬੇਟੀ ਵਾਸਤੇ ਮਾਸ਼ਾਅੱਲਾ ਪਰਚੇਜ਼ ਕੀਤੀ ਹੈ। ਅੱਲਾਹ ਤਾਲਾ ਇਹਨਾਂ ਦੇ ਨਸੀਬ ਕਰੇ ਜੀ ਮਾਸ਼ਾਅੱਲਾ।